ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਨੂੰ ਕਰਨ ਜਾ ਰਹੇ ਹਨ ਇਹ ਵੱਡਾ ਕੰਮ ਆਈ ਤਾਜ਼ਾ ਵੱਡੀ ਖਬਰ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਅਦੇਹਾ ਕੰਮ ਕਰਨ ਲਈ ਜਾ ਰਹੇ ਹਨ ਜਿਸ ਦੇ ਨਾਲ ਦੇਸ਼ ਇੱਕ ਨਵੀਂ ਤਰੱਕੀ ਦੇ ਰਾਹ ਵੱਲ ਤੁਰ ਪਵੇਗਾ ਇੱਕ ਅਜਿਹੇ ਉਪਕਰਨ ਨੂੰ ਪ੍ਰਧਾਨ ਮੰਤਰੀ ਲਾਂਚ ਕਰਨ ਜਾ ਰਹੇ ਹਨ ਜਿਸ ਨਾਲ ਆਨਲਾਈਨ ਕੀਤੀ ਜਾਣ ਵਾਲੀ ਪੇਮੈਂਟ ਨੂੰ ਜਿੱਥੇ ਸੁਰੱਖਿਅਤ ਕੀਤਾ ਜਾਵੇਗਾ ਉੱਥੇ ਹੀ ਇਸ ਨੂੰ ਪੇਮੈਂਟ ਨੂੰ ਟਰਾਂਸਫਰ ਕਰਨ ਦੇ ਵਿੱਚ ਹੋਰ ਵੀ ਆਸਾਨ ਬਣਾਇਆ ਜਾਵੇਗਾ ਹੁਣ ਦੱਸਣਾ ਬਣਦਾ ਹੈ ਕਿ ਇਸ ਦਾ ਨਾਮ ਡਿਜੀਟਲ ਪੇਮੈਂਟ ਸੋਲੂਸ਼ਨ ਹੈ ਜਿਨ੍ਹਾਂ ਨੂੰ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰਨ ਜਾ ਰਹੇ ਹਨ ਜਿਸ ਦੇ ਨਾਲ ਭਾਰਤ ਵਾਸੀਆਂ ਨੂੰ ਆਨਲਾਈਨ ਭੁਗਤਾਨ ਕਰਨ ਦੇ ਵਿੱਚ ਕਾਫੀ ਰਾਹਤ ਮਿਲੇਗੀ ਇਸ ਦਾ ਪ੍ਰਯੋਗ ਕਰਨ ਦੇ ਨਾਲ ਪੇਮੈਂਟ ਨੂੰ ਜਲਦੀ ਅਤੇ ਆਸਾਨੀ ਦੇ ਨਾਲ ਭੇਜਿਆ ਜਾ ਸਕਦਾ ਹੈ ਤੁਹਾਨੂੰ ਦੱਸਣਾ ਬਣਦਾ ਹੈ ਕਿ ਐਮ ਐਸ ਐਸ ਵਾਊਚਰ ਅਤੇ ਕਿਊ ਆਰ ਕੋਡ ਦੇ ਰੂਪ ਵਿੱਚ ਇਹ ਕੰਮ ਕਰੇਗਾ ਜਿਸ ਦੇ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆਨਲਾਈਨ ਭੁਗਤਾਨ ਕਰਨਾ ਹੈ ਆਸਾਨੀ ਦੇ ਨਾਲ ਕਰ ਸਕਣਗੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਵਧੀਆ ਸੁਗਾਤ ਮਿਲਣ ਜਾ ਰਹੀ ਹੈ ਜਿਸ ਨਾਲ ਆਨਲਾਈਨ ਪੇਮੈਂਟ ਨੂੰ ਹੋਰ ਵਧੀਆ ਤੇ ਆਸਾਨ ਬਣਾਇਆ ਜਾ ਸਕਦਾ ਹੈ ਜਿਸ ਦੇ ਬਹੁਤ ਸਾਰੇ ਨਵੇਂ ਲਾਭ ਭਾਰਤ ਦੇ ਲੋਕਾਂ ਨੂੰ ਮਿਲਣਗੇ ਸੋ ਰੂਪੀ ਆ ਪੇਮੈਂਟ ਆਨਲਾਈਨ ਐਦਾਂ ਦਾ ਗੈਟਵੇ ਜਿਹੜਾ ਲਾਂਚ ਕੀਤਾ ਜਾਵੇਗਾ ਸੋ ਸਿਰਫ ਆਨਲਾਈਨ ਪੈਸੇ ਟ੍ਰਾਂਸਫਰ ਪੇਮੈਂਟ ਟ੍ਰਾਂਸਫਰ ਕਰ ਕਰਨ ਤੋਂ ਹੋਰ ਵੀ ਆਸਾਨ ਕੇਂਦਰ ਸਰਕਾਰ ਦੇ ਵੱਲੋਂ ਬਣਾਇਆ ਜਾ ਰਿਹਾ ਸੋ ਇਹ ਐ